नमस्कार, मैं हूं विनोद सिंह। आप देख रहे हैं वीपीटीवी। यूं तो अक्सर देखा गया है कि लोगों को पुलिस से इंसाफ लेने के लिए दर दर की ठोकरें खानी पड़ती है, लेकिन जब खुद पुलिस अधिकारी अपने साथी पुलिस अफसर पर इंसाफ ना करें और दोषियों का साथ देने के इल्जाम लग रहा हो तो हालात क्या होंगे, ये आप आसानी से समझ सकते हैं। जी हाँ, ऐसा ही एक ताजा मामला आया है फरीदकोट का, जहां 7 नवंबर को एक पुलिस अधिकारी का बेटा और उसका एक साथी अपने छोटे भाई को स्कूल से लेने गया तो वहां पहले से ही मौजूद कुछ बदमाशों ने उन्हें घेर लिया और जमकर पिटाई कर दी। इतना ही नहीं, इस दौरान उन पर तेजधार हथियारों से हमला भी किया गया, जिससे जगसीर सिंह और शविंदर सिंह दोनों बुरी तरह से जख्मी हो गए और फिर उन्हें इलाज के लिए अस्पताल में भर्ती करवाना पड़ा। लेकिन इस मामले को तकरीबन 20 दिन बीत जाने के बावजूद पुलिस ने अभी तक किसी आरोपी को नहीं पकड़ा है। वहीं पीड़ित लड़कों का पिता, जो कि खुद फरीदकोट जिले के थाना जैतो का थाना मुखी है, इंसाफ के लिए बड़े अधिकारियों से मिलकर अपनी आपबीती बता रहा है और अधिकारियों से इंसाफ की गुहार कर रहा है, क्योंकि उसे अब यह डर सताने लगा है कि कहीं उनके बेटे पर दोबारा हमला ना हो जाए। वहीं इस मामले को लेकर आम आदमी पार्टी के वर्कर भी उसे इंसाफ दिलाने के लिए उसके साथ खड़े हो चुके हैं। मैं साढ़े आपके ब्रदर नूं लैन गया सी दशमेश स्कूल तो। मेरे जांदे नूं 25-30 जने सीगे अगों, ते उन्होंने मेरे सट्टा मारियां तेज धार हथियार नाल। नाले जान लगे मैनूं धमकी दे के गए, जानों मारन दे खतरा मैनूं उन्हां दा खतरा। नाले उन्हां दे पुलिस प्रशासन वालों मेरी कोई कार्रवाई नहीं की गई। जान लगे मेरे बेहोशी की हालत च, मेरे तो पर्स भी खोह के लै गए, नाले मेरी चैनी दाह के लै गए। ਤੇ SHO ਵੱਲੋਂ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਵੀ ਰਾਜੀਨਾਮੇ ਤੇ ਮੈਨੂੰ ਪ੍ਰੈਸ਼ਰ ਪਾਇਆ ਜਾ ਰਿਹਾ। ਨਾਲੇ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸੁਣਵਾਈ ਕੀਤੀ ਗਈ। ਜੋ ਮੈਂ ਬਿਆਨ ਦਿੱਤੇ ਸੀਗੇ ਉਸ ਵੱਲ ਉਸ 'ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ। ਲੜਾਈ ਦਾ ਮੇਰੇ ਨਾਲ ਦੇ ਮੁੰਡੇ ਤੋਂ ਕੁਛ ਕੁ ਦਿਨ ਪਹਿਲਾਂ, 5-7 ਦਿਨ ਪਹਿਲਾਂ ਮੋਟਰਸਾਈਕਲ ਦੀ ਮੰਗ ਸੀ ਅਤੇ ਉਹਨੇ ਮੋਟਰਸਾਈਕਲ ਦਿੱਤਾ ਨਹੀਂ ਸੀਗਾ। ਤੋ ਅੱਗੇ ਵੀ ਬੰਦੇ ਲੁੱਟਾਂ ਖੋਹਾਂ ਦੇ ਪਰਚੇ ਉਹਨਾਂ 'ਤੇ ਅੱਗੇ ਵੀ ਹੈਗੇ ਆ ਜੀ, ਤਾਂ ਕਰਕੇ। ਜੀ 6 ਤਰੀਕ ਨੂੰ ਮੇਰਾ ਲੜਕਾ ਸੀ, ਨਾਲ ਉਹਦਾ ਦੋਸਤ ਸੀਗਾ, ਅਤੇ 20-25 ਬੰਦਿਆਂ ਨੇ ਇਕੱਠੇ ਹੋ ਕੇ, 20-25 ਲੜਕਿਆਂ ਨੇ ਉਹਨਾਂ ਨੂੰ ਕਾਫੀ ਸੱਟਾਂ ਮਾਰੀਆਂ, ਜਦੋਂ ਕਿ ਮੇਰਾ ਬੇਟਾ ਤਾਂ ਉਹਨਾਂ ਨੂੰ ਜਾਣਦਾ ਤੱਕ ਨਹੀਂ ਵੀ ਉਹ ਬੰਦੇ ਕੌਣ ਨੇ। ਉਹਦੇ ਸੰਬੰਧ ਦੇ ਵਿੱਚ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਕੇਸ ਦਰਜ ਹੋ ਗਿਆ। SHO ਨੇ ਬਿਆਨ ਮੁਤਾਬਕ ਉਹਦੇ 'ਤੇ ਕਾਰਵਾਈ ਨਹੀਂ ਕੀਤੀ, ਨਾ ਤਾਂ 307 ਲਾਈ ਧਾਰਾ, ਜਦੋਂ ਕਿ ਬਹੁਤ ਖਤਰਨਾਕ ਹਮਲਾ ਸੀ। 16 ਟੱਪ ਲੱਗੇ ਨੇ, ਜਿਹੜਾ ਮੇਰੇ ਬੇਟੇ ਦੇ ਨਾਲ ਬੇਟਾ ਸੀ ਉਹਦੇ ਜੀ। ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਘਟਨਾ ਹੋਈ ਹੈ, SHO ਦੀ ਗੱਡੀ ਵੀ ਉੱਥੇ ਨੇੜੇ ਖੜੀ ਰਹੀ ਹੈ। SHO ਸਿਟੀ ਫਰੀਦਕੋਟ ਜਗਦੇਵ ਸਿੰਘ ਸਿੱਧੇ ਜਾਂ ਸਿੱਧੇ ਤੌਰ 'ਤੇ ਇਨਵਾਲਵ ਹੈ ਇਹਦੇ 'ਚ। ਅਜੇ ਤੱਕ ਇਹਨੇ ਕੋਈ ਅਰੈਸਟ ਨਹੀਂ ਪਾਈ, ਅਤੇ ਇੱਥੇ ਇੱਕ ਲੋਕਲ ਆਪਾਂ ਲੀਡਰ ਨਹੀਂ ਉਹਨੂੰ ਕਹਿ ਸਕਦੇ, ਗੁੰਡਿਆਂ ਦਾ ਗੁਰਬਾ ਹੈ ਉਹ, ਉਹਨਾਂ ਹੀ ਗੁੰਡਿਆਂ ਨੂੰ ਲੈ ਕੇ SHO ਦੇ ਨਾਲ ਉੱਠਦਾ ਬੈਠਦਾ ਸਵੇਰੇ ਸ਼ਾਮ ਹੈ, ਅਤੇ ਸਾਡੇ ਦੇ ਉੱਤੇ ਇਹ ਪ੍ਰੈਸ਼ਰ ਪਾਇਆ ਜਾਂਦਾ ਵੀ ਇਹਦਾ ਰਾਜੀਨਾਮਾ ਕੀਤਾ ਜਾਵੇ, ਪਤਾ ਨਹੀਂ ਕਿਹਦੀ ਸ਼ਹਿਰ 'ਤੇ ਕਹਿੰਦਾ। ਅਸੀਂ ਇਹਦੇ ਸੰਬੰਧ 'ਚ ਮੈਂ SSP ਸਾਹਿਬ ਨੂੰ 2-3 ਵਾਰੀ ਮਿਲਿਆ, SSP ਸਾਹਿਬ ਦਾ ਬਹੁਤ ਵਧੀਆ ਰਿਸਪੋਂਸ ਹੈ, ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ SHO ਨੇ SSP ਸਾਹਿਬ ਤੋਂ ਫੈਕਟ ਲੁਕੋ ਕੇ ਰੱਖੇ ਨੇ, ਉਹਨੂੰ ਇੱਕ ਮਾਮੂਲੀ ਘਟਨਾ ਦੱਸਿਆ। ਅਤੇ ਮੈਂ ਤਾਂ SSP ਸਾਹਿਬ ਨੂੰ ਇਹੀ ਬੇਨਤੀ ਕਰਦਾ ਸੀਗਾ ਵੀ ਜਿਹੜੇ ਬੱਚੇ ਨੇ ਇਹਨਾਂ ਨੂੰ ਬੁਲਾ ਕੇ ਇੱਕ ਵਾਰੀ ਇਕੱਠਾ ਕੀਤਾ ਜਾਵੇ, ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋਵੇ ਤਾਂ ਕਿ ਇਹਨਾਂ ਦਾ ਕੰਪਰੋਮਾਈਜ਼। ਪਰ ਇਹਨੇ SSP ਸਾਹਿਬ ਤੋਂ ਇਹ ਫੈਕਟ ਲੁਕੋ ਕੇ ਰੱਖੇ ਨੇ। ਜਿਹੜੇ ਮੇਰੇ ਸਾਥੀ ਪੁਲਿਸ ਅਫਸਰ ਆ ਉਹਨਾਂ ਨੂੰ ਵੀ ਪਤਾ ਸੀ, ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੀ ਜ਼ਮੀਰ ਨੂੰ ਜਾਗਦੇ ਜਿਉਂਦੇ ਜਿਉਂਦੀ ਜਾਗਦੀ ਰੱਖੋ ਆਪਣੀ ਜ਼ਮੀਰ ਨੂੰ। ਇਹ ਜਿਹੜੇ ਪੋਲੀਟੀਕਲ ਬੰਦੇ ਨੇ ਜਾਂ ਇਹ ਜਥੇਦਾਰ ਹੋਣ, ਕਾਂਗਰਸੀ ਲੀਡਰ ਹੋਣ, ਅਕਾਲੀ ਭਾਜਪਾ ਦੇ ਹੋਣ, ਇਹ ਸਾਨੂੰ ਲਵਾ ਸਕਦੇ ਨੇ, ਸਾਨੂੰ ਕਿਤੇ ਜਾਨੋਂ ਨਹੀਂ ਮਾਰ ਸਕਦੇ। ਜਿਹੜੇ ਸਾਡੇ ਭੈਣ ਭਰਾ IRB ਜਾਂ PAP 'ਚ ਨੌਕਰੀ ਕਰਦੇ ਨੇ, ਉਹ ਵੀ ਰੋਟੀ ਖਾਂਦੇ ਨੇ। ਤੁਸੀਂ ਆਪਣੀ ਜ਼ਮੀਰ ਨੂੰ ਜਿਉਂਦਾ ਰੱਖੋ, ਜੇ ਸਾਡੇ ਬੱਚਿਆਂ ਦਾ ਹੀ ਇਹ ਹਾਲ ਹੈ। ਮੰਨ ਕੇ ਚੱਲਦੇ ਹੋ ਵੀ ਪੋਲੀਟੀਕਲ ਦਬਾਅ ਦੇ ਚੱਲਦੇ ਕਾਰਵਾਈ ਨਹੀਂ ਹੋ ਰਹੀ? ਮੈਂ ਪੋਲੀਟੀਕਲ ਦਬਾਅ ਨਹੀਂ, ਜਦੋਂ ਇਹਨੇ SHO ਨੇ ਫੈਕਟ ਹੀ ਕਿਸੇ ਨਾਲ ਕਲੀਅਰ ਹੀ ਨਹੀਂ ਕੀਤੇ। ਮੈਂ ਪੋਲੀਟੀਕਲੀ ਤੌਰ 'ਤੇ ਕਿਸੇ ਨੂੰ ਮਿਲਿਆ ਨਹੀਂ, ਨਾ ਮੈਨੂੰ ਪੋਲੀਟੀਕਲੀ ਤੌਰ ਕਿਸੇ ਨੇ ਕਿਹਾ, ਪਰ ਇਹਨੇ ਹਰ ਬੰਦੇ ਤੋਂ ਫੈਕਟ ਲੁਕੋ ਕੇ ਰੱਖੇ ਆ। ਉਲਟਾ ਇਹ ਪ੍ਰੈਸ਼ਰ ਪਾਉਂਦਾ, ਬੱਚਿਆਂ ਨੂੰ ਧਮਕੀਆਂ ਵੀ ਦਿੰਦਾ ਜੀ। ਇਹ ਸਾਰਾ ਸਿੱਧੇ ਤੋਂ ਸਿੱਧੇ ਤੌਰ 'ਤੇ SHO ਦਾ ਕਸੂਰ ਹੈ। ਜਿਹੜਾ FIR ਦੇ ਮੁਤਾਬਕ ਜਿਹੜੇ ਕੰਟੈਂਟ ਸੀ 307 ਦੇ ਬਣਦੇ ਸੀ, ਇਹਨੇ ਧਾਰਾ 307 ਵੀ ਨਹੀਂ ਲਾਈ, ਪਤਾ ਨਹੀਂ ਕਿਹਦੇ ਕਹਿਣ 'ਤੇ ਨਹੀਂ ਲਾਈ। ਉਹਦੇ ਵਿੱਚ ਜਿਹੜਾ ਜਗਸੀਰ ਸਿੰਘ ਨਾਂ ਦਾ, ਜਗਸੀਰ ਸਿੰਘ ਅਤੇ ਇੱਕ ਉਹਦਾ ਸੀਗਾ ਹੋਰ ਦੋਸਤ ਸੀਗਾ, ਇਹਨਾਂ ਦੀ ਜਿਹੜੀ ਆਪਸ ਵਿੱਚ ਹੀ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਸੀ, ਜਿਹਦੇ ਵਿਆਪ 'ਤੇ ਅਸੀਂ 7-11 ਨੂੰ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਤੁਸੀਂ ਸਮਝ ਲਿਆਂਦੀ ਸੀਗੀ, ਜਿਹਦੇ ਵਿੱਚ ਜਿਹੜੇ
ਕੁਛ ਬੰਦੇ ਬਾਈ ਨੇਮ ਤੇ ਅਨੁਸ਼ਾਤੇ ਵੀ ਸੀਗੇ ਜਿਹੜੇ ਮੁਰਜਮ ਪਾਰਟੀ ਸੀ ਉਹਨੂੰ ਰੇਡ ਕਰਨ ਵਾਸਤੇ ਸੀ ਵੱਖ ਵੱਖ ਪਾਰਟੀਆਂ ਬਣਾਈਆਂ ਸੀਗੀਆਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂ। ਸਰ ਇਸ ਮਾਮਲੇ ਵਿੱਚ ਕੋਈ ਪੁਲਿਸ ਜਾਂਚ ਦੀ ਵੀ ਆਦੇਸ਼ ਦਿੱਤੇ ਗਏ ਮਾਨਯੋਗ ਐਸਐਸਪੀ ਵੱਲੋਂ? ਪੁਲਿਸ ਜਾਂਚ ਨਹੀਂ, ਇਹਦੇ ਵਿੱਚ ਇਨਵੈਸਟੀਗੇਸ਼ਨ ਆਲਰੇਡੀ ਕਰ ਰਹੇ ਹਾਂ ਅਸੀਂ, ਜੋ ਵੀ ਅਸਲੀਅਤ ਸਾਹਮਣੇ ਆਊਗੀ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਹੋਣ ਚੱਲੇ ਆਵਾਂਗੇ। ਸਰ ਜਿਹੜੇ ਵਿਕਟਮ ਹੈਗੇ ਉਹਨਾਂ ਦਾ ਦੋਸ਼ ਲਗਾਇਆ ਜਾ ਰਿਹਾ ਕਿ 15-20 ਦਿਨ ਬੀਤੇ ਜਾਣ ਦੇ ਬਾਅਦ ਵੀ ਕੋਈ ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ? ਅਸਲ ਦੇ ਵਿੱਚ ਜਿਹੜੇ ਮੁੰਡੇ ਮੁਰਜਮ ਪਾਰਟੀ ਹੈਗੀ ਉਹ ਇੱਕ ਇਹਨਾਂ ਦੇ ਨਾਲ ਹੀ ਆਪਸ ਵਿੱਚ ਪੜ੍ਹਦੇ ਵਗੈਰਾ ਸੀਗੇ, ਉਹ ਹੁਣ ਫਰਾਰ ਆ ਗਏ, ਕਾਫ਼ੀ ਰੇਡ ਪਾਰਟੀਆਂ ਬਣਾ ਕੇ ਅਸੀਂ ਵੱਖ ਵੱਖ ਰੇਡ ਕੀਤੇ, ਜਲਦੀ ਗ੍ਰਿਫਤਾਰ ਕਰ ਲਾਂਗੇ।